ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 14ਵਾਂ ਰਾਗ, ਰਾਗ ਤਿਲੰਗ, ਬਹੁਤ ਹੀ ਪਿਆਰਾ ਰਾਗ ਹੈ। ਰਾਗ ਤਿਲੰਗ ਲੋਕ ਗਾਇਨ ਸ਼ੈਲੀ ਦਾ ਇੱਕ ਪਿਆਰਾ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਰ ਬਾਣੀ ਵੀ ਇਸ ਰਾਗ ਵਿੱਚ ਸਾਨੂੰ ਦਰਜ ਮਿਲਦੀ ਹੈ, ਜੋ ਕਿ ਇੱਕ ਦਰਦ ਭਰੀ ਦਾਸਤਾਨ ਹੈ। ਸਾਧ ਸੰਗਤ ਜੀ, ਰਾਗਾਤਮਕ ਪਹਿਲੂ ਵੱਲ ਜਾਈਏ, ਇਸ ਰਾਗ ਦਾ ਥਾਟ ਖਮਾਜ ਮੰਨਿਆ ਗਿਆ। ਆਰੋਹ ਦੇ ਵਿੱਚ ਰਿਸ਼ਭ ਅਤੇ ਦੈਵਤ ਨੂੰ ਵਰਜਿਤ ਕੀਤਾ ਜਾਂਦਾ। ਦੋਨੋਂ ਨਿਸ਼ਾਦ ਇਸ ਰਾਗ ਦੇ ਵਿੱਚ ਪ੍ਰਯੋਗ ਵਿੱਚ ਆਉਂਦੇ ਨੇ। ਜਾਤੀ ਇਸ ਰਾਗ ਦੀ ਔੜਵ ਔੜੋ ਮੰਨੀ ਗਈ ਹੈ। ਇਸ ਰਾਗ ਦਾ ਵਾਦੀ ਸਵਰ ਗੰਧਾਰ ਮੰਨਿਆ ਗਿਆ, ਸਮਾਧੀ ਸਵਰ ਨਿਸ਼ਾਦ ਮੰਨਿਆ ਗਿਆ, ਅਤੇ ਗਾਇਨ ਦਾ ਸਮਾਂ ਦਿਨ ਦਾ ਤੀਸਰਾ ਪਹਿਰ ਮੰਨਿਆ ਗਿਆ। ਸੋ ਸਾਧ ਸੰਗਤ ਜੀਓ, ਇਸ ਰਾਗ ਦੇ ਵਿੱਚ, ਤਿਲੰਗ ਰਾਗ ਦੇ ਵਿੱਚ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਦਰਜ ਮਿਲਦੀ ਹੈ। ਭਗਤਾਂ ਵਿੱਚੋਂ ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਦੀ ਬਾਣੀ ਰਾਗ ਤਿਲੰਗ ਵਿੱਚ ਸਾਨੂੰ ਮਿਲਦੀ ਹੈ। ਆਓ ਬੜੇ ਹੀ ਪਿਆਰ ਨਾਲ, ਇਹ ਬੜਾ ਪਿਆਰਾ ਰਾਗ, ਸਰਲ ਰਾਗ, ਰਾਗ ਤਿਲੰਗ, ਇਸ ਰਾਗ ਦੇ ਵਿੱਚ ਗੁਰੂ ਸਵਾਰੇ ਗੁਰੂ ਪਿਆਰੇ ਕੀਰਤਨੀਆਂ ਪਾਸੋਂ ਆਪਾਂ ਕੀਰਤਨ ਸਰਵਣ ਕਰੀਏ ਜੀ। ਅਸੀਸਾਂ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਨਾ ਦੇ ਸੋ ਦਾ
I'm not afraid.